ਜੈ ਸ਼੍ਰੀ ਰਾਮ ਸਾਰਿਆਂ ਨੂੰ। ਮੈਂ ਤੁਹਾਡਾ ਛੋਟਾ ਵੀ ਸੁਨੀਲ ਕੁਮਾਰ ਬੰਟੀ, ਸ਼ਿਵ ਸੈਨਾ ਸਮਾਜਵਾਦੀ ਤੋਂ ਯੂਥ ਦਾ ਪੰਜਾਬ ਪ੍ਰਭਾਰੀ। ਮੇਰੀ ਕੁਝ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਮੈਂ ਖਾਲਿਸਤਾਨ ਦੇ ਵਰਖਿਲਾਫ਼ ਬੋਲਿਆ ਸੀ। ਮੈਂ ਖਾਲਿਸਤਾਨ ਦੇ ਵਰਖਿਲਾਫ਼ ਤਾਂ ਬੋਲਿਆ ਸੀ ਕਿਉਂਕਿ ਥੋੜ੍ਹੇ ਦਿਨ ਮਹੀਨਾ ਕੁ ਪਹਿਲੇ ਮੈਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਜੋ ਕਿ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ, ਜਿਹਦੀ ਮੈਂ ਕੰਪਲੇਂਟ ਜਾਂ ਮੈਨੂੰ ਜਾਨੋਂ ਮਾਰਦੀਆਂ ਧਮਕੀਆਂ ਦਿੱਤੀਆਂ, ਜਿਹਦੀ ਮੈਂ ਕੰਪਲੇਂਟ ਪ੍ਰਸ਼ਾਸਨ ਨੂੰ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਅਤੇ ਮੇਰੇ ਦਿਲ 'ਚ ਗਵਾਰ ਸੀ ਅਤੇ ਮੈਂ ਤਾਂ ਕਰਕੇ ਖਾਲਿਸਤਾਨ, ਕਿਉਂਕਿ ਅਸੀਂ ਸਿਰਫ ਖਾਲਿਸਤਾਨ ਦੇ ਖਿਲਾਫ਼ ਹੈ। ਕਈ ਸਿੱਖ ਭਾਈਚਾਰੇ ਨੂੰ ਲੱਗਦਾ ਕਿ ਮੈਂ ਸਿੱਖ ਭਾਈਚਾਰੇ ਦੇ ਖਿਲਾਫ਼ ਬੋਲਿਆ। ਮੈਂ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦਾ ਅਤੇ ਬਹੁਤ ਸਤਿਕਾਰ ਕਰਦਾ ਅਤੇ ਕਰਦਾ ਰਹਾਂਗਾ। ਅਤੇ 80% ਜਿਹੜੇ ਸਾਡੇ ਸਿੱਖ ਭਾਈਚਾਰੇ ਉਹ ਚਾਹੁੰਦੇ ਪੰਜਾਬ 'ਚ ਖਾਲਿਸਤਾਨ ਨਾ ਬਣੇ। ਸਾਡੀ ਲੜਾਈ ਸਿਰਫ ਖਾਲਿਸਤਾਨ ਨਾਲ ਵਾ, ਸਾਡੀ ਕੋਈ ਸਿੱਖ ਭਾਈਚਾਰੇ ਨਾਲ ਨਹੀਂ ਲੜਾਈ ਹੈਗੀ। ਮੈਂ ਜੇ ਕਿਸੇ ਨੂੰ ਸਿੱਖ ਭਾਈਚਾਰੇ ਨੂੰ ਕੋਈ ਮੇਰੇ ਮੂੰਹ ਜੇ ਕੋਈ ਗਲਤ ਗੱਲ ਨਿਕਲੀ ਹੋਵੇ ਜਾਂ ਮੇਰੇ ਮੂੰਹ ਨੇ ਉਹਨਾਂ ਲੱਗਾ ਹੋਵੇ ਕਿ ਮੈਂ ਗਲਤ ਬੋਲਿਆ, ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਕਿਉਂਕਿ ਮੈਂ ਸਿੱਖ ਭਾਈਚਾਰੇ ਦੇ ਖਿਲਾਫ਼ ਕਦੇ ਨਹੀਂ ਹੋ ਸਕਦਾ। ਹਿੰਦੂ ਸਿੱਖ ਏਕਤਾ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੂਗੀ। ਅਤੇ ਜੇ ਮੇਰੇ ਕੋਲ ਕੋਈ ਗਲਤੀ ਹੋਈ ਤਾਂ ਮੈਂ ਸ਼ਮਾ ਦਾ ਜਾਚੇਗਾ ਸਿੱਖ ਭਾਈਚਾਰੇ ਤੋਂ।